ਮੈਨੂੰ ਨਾਲ ਬਿਠਾਉਣ ਤੋਂ ਤੁਸੀਂ ਰੋਕ ਸਕਦੇ ਹੋ ਪਾਰਟੀ ਤੋਂ ਨਹੀਂ ਕੱਢ ਸਕਦੇ ਇਹ ਤੁਹਾਨੂੰ ਇਖਤਿਆਰ ਕਿਸੇ ਨੂੰ ਨਹੀਂ ਦਿੱਤਾ ਕਹਿੰਦੇ ਤੁਸੀਂ ਭਾਵੇਂ ਜਿਉ ਮਰਜੀ ਫੈਸਲੇ ਲੋ ਮੈਂ ਉਹ ਫੈਸਲੇ ਮੰਨਣ ਲਈ ਤਿਆਰ ਨਹੀਂ ਜਿਹੜਾ ਇਹ ਕਦਮ ਚੁੱਕਿਆ ਆ ਤੇ ਜਿਹੜਾ ਬੰਦਾ ਇਹ ਅਜੇ ਹੀ ਆ ਆਗੂ ਜਿਹੜਾ ਅਜੇ ਹੀ ਹਰਕਤਾਂ ਕਰੇ ਜਾਂ ਕਰੀਏ ਕਿ ਜਿਹੇ ਕਦਮ ਚੁੱਕੇ ਆ ਅਜੇ ਹੀ ਗਤੀਵਿਧੀਆਂ ਕਰੇ ਇਹ ਅੱਜ ਇਹ ਬਰਦਾਸ਼ਤ ਕਿਤੇ ਦੇ ਸਕਦਾ ਹੈ ਇਹ ਦਿੱਫਰ ਨਹੀਂ ਬਰਦਾਸ਼ਤ ਹੁਣ ਅਖੀਰ ਜਦੋਂ ਪਾਣੀ ਸਰਦੇ ਉਤੋਂ ਦੀ ਵਹਿ ਗਿਆ ਉਸ ਤੋਂ ਬਾਅਦ ਇਹ ਕੀਤਾ ਗਿਆ ਬੀਬੀ ਜੀ ਕੀ ਕਹਿੰਦੇ ਕੀ ਨਹੀਂ ਕਹਿੰਦੇ ਹੁਣ ਕ ਇੱਕ ਮਤਲਬ ਕਿੱਥੇ ਆਣ ਕੇ ਬਹਿਣਗੇ ਇਹ ਜਿਹੜਾ ਫੈਸਲਾ ਲੈ ਰਹੇ ਨੇ ਇਹਨਾਂ ਨੂੰ ਕੋਮ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਇਖਤਿਆਰ ਇਹਨੇ ਦਿੱਤਾ ਕਿ ਇਸ ਤਰ੍ਹਾਂ ਦਾ ਫੈਸਲਾ ਲੈ। ਪਾਰਟੀ ਦੇ ਨਿਯਮ ਅਨੁਸਾਰ ਹੈ ਕਿ ਇਹ ਪਾਰਟੀ ਦੀ ਮਰਿਆਦਾ ਅਨੁਸਾਰ ਸਹੀ ਹੈ। ਕਦੀ ਇਹ ਜਿਹਾ ਹੋ ਸਕਦਾ ਹੈ ਕਿ ਕਹੋ ਕਿ ਮੈਂ ਇਲੈਕਸ਼ਨ ਲੜਨੀ ਹੈ ਜੀ ਮੇਰਾ ਸੇਵਾ ਕਰਨ ਨੂੰ ਜੀ ਕਰਦਾ ਹੈ ਸੇਵਾ ਕਰਨ ਨੂੰ ਤੇ 150 ਮੈਂਬਰਾਂ ਗਿਆਂ ਤੱਕ ਮੈਨੂੰ ਪ੍ਰਧਾਨ ਬਣਾ ਦਿਓ ਤੇ ਵਿੱਚ ਤੁਸੀਂ ਆਪਦਾ ਵਿਚਾਰ ਰੱਖ ਸਕਦੇ ਹੋ ਪਾਰਟੀ ਦੇ ਵਿਚਾਰਾਂ ਨਾਲ ਨਹੀਂ ਵੀ ਸਹਿਮਤ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਬੀਬੀ ਜਗੀਰਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨਸ਼ਾਸਨਿਕ ਕਮੇਟੀ ਦੀ ਤਰਫੋਂ ਬਰਖਾਸਤ ਕਰ ਦਿੱਤਾ ਗਿਆ ਮੁੱਢਲੀ ਮੈਂਬਰਸ਼ਿਪ ਤੋਂ ਵਿਰਸਾ ਸਿੰਘ ਬਲਟੋਹਾ ਸਾਡੇ ਨਾਲ ਨੇ ਗੱਲਬਾਤ ਕਰਨੇ ਕਿਉਂਕਿ ਇਸ ਬਰਕਾਸਟ ਕੀ ਤੋਂ ਬਾਅਦ ਬੀਬੀ ਜਗੀਰ ਕੋਰ ਦਾ ਵੀ ਬਿਆਨ ਆਇਆ ਉਹ ਕਹਿੰਦੇ ਮੈਨੂੰ ਨਾਲ ਬਿਠਾਉਣ ਤੋਂ ਰੋਕ ਸਕਦੇ ਨੇ ਪਾਰਟੀ ਤੋਂ ਨਹੀਂ ਕੱਢ ਸਕਦੇ ਵਿਰਸਾ ਸਿੰਘ ਬਟੋਹਾ ਨਾਲ ਗੱਲ ਕਰ ਲੈਣਾ ਕਹਦੇ ਬੀਬੀ ਕਹਿੰਦੇ ਜੀ ਮੈਨੂੰ ਨਾਲ ਬਿਠਾਉਣ ਤੋਂ ਤੁਸੀਂ ਰੋਕ ਸਕਦੇ ਹੋ ਪਾਰਟੀ ਤੋਂ ਨਹੀਂ ਕੱਢ ਸਕਦੇ ਇਹ ਤੁਹਾਨੂੰ ਇਖਤਿਆਰ ਕਿਸੇ ਨੇ ਨਹੀਂ ਦਿੱਤਾ ਕਹਿੰਦੇ ਤੁਸੀਂ ਭਾਵੇਂ ਜਿਵੇਂ ਮਰਜ਼ੀ ਫੈਸਲੇ ਲਓ ਮੈਂ ਉਹ ਫੈਸਲੇ ਮੰਨਣ ਲਈ ਤਿਆਰ ਨਹੀਂ ਹਾਂ ਤੇ ਅੱਗੇ ਕਿਹੜੀ ਸਾਡੀ ਮੰਨੀ ਹੈ ਅੱਗੇ ਮੰਨੀ ਸਾਰੀ ਪਾਰਟੀ ਨੇ ਜ਼ੋਰ ਲਾ ਲਿਆ ਲੀਡਰਸ਼ਿਪ ਨੇ ਸਾਰੇ ਨੇ ਜ਼ੋਰ ਲਾ ਲਿਆ ਪ੍ਰਧਾਨ ਸਾਹਿਬ ਨੇ ਹੱਥ ਜੋੜ ਲਏ ਸਾਡੀ ਮੰਨੀ ਹੈ ਕਿ ਤੇ ਹੁਣ ਭਾਈ ਜਿਹੜੇ ਨਵੇਂ-ਨਵੇਂ ਸਾਹ ਜਿਹੜੇ ਲੱਬੇ ਆ ਬੀਬੀ ਉਹਨਾਂ ਨਾਲ ਬਹੁ ਕਿ ਸਾਡੇ ਨਾਲ ਬਹੁ ਅਹੀਂ ਤੇ ਕਰਦੇ ਮਤਲਬ ਅਹੀਂ ਤੇ ਦੁਖੀ ਹੋ ਕੇ ਜਿਹੜਾ ਇਹ ਕਦਮ ਚੁੱਕਿਆ ਆ ਤੇ ਜਿਹੜਾ ਬੰਦਾ ਇਹ ਅਜੇਹੀਆਂ ਆਗੂ ਜਿਹੜਾ ਅਜੇਹੀਆਂ ਹਰਕਤਾਂ ਕਰੇ ਜਾਂ ਕਹੇ ਲਈਏ ਕਿ ਜਿਹੇ ਕਦਮ ਚੁੱਕੇ ਆ ਅਜੇਹੀਆਂ ਗਤੀਵਿਧੀਆਂ ਕਰੇ ਫਿਰ ਪਾਰਟੀ ਚ ਦੇ ਉਦੇਸ਼ ਤਾਂ ਕੋਈ ਨਹੀਂ ਹੈਗੀ ਇੰਨੇ ਮੌਕੇ ਦਿੱਤੇ ਗਏ ਜਿੰਨੇ ਮੌਕੇ ਬੀਬੀ ਜੀ ਨੇ ਦਿੱਤੇ ਗਏ ਕਿਤੇ ਮਿਲਦੇ ਆ ਜਿਸ ਰੂਪ ਚ ਦਿੱਤੇ ਗਏ ਕਦੀ ਮਿਲਦੇ ਉਹਦੇ باوجود ਵੀ ਔਰ ਜਿਸ ਤਰ੍ਹਾਂ ਦੇ ਬੀਬੀ ਜੀ ਨੇ ਕਦਮ ਚੁੱਕੇ ਜਿਸ ਤਰ੍ਹਾਂ ਦੀ ਸ਼ੁਭਦਾਵਲੀ ਵਰਤੀ ਕਦੀ ਅਜਿਹਾ ਬਰਦਾਸ਼ਤ ਕੀਤਾ ਜਾ ਸਕਦਾ ਹੈ ਤੇ ਜੇ ਫਿਰ ਨਹੀਂ ਬਰਦਾਸ਼ਤ ਉਹਨਾਂ ਖੀਰ ਜਦੋਂ ਪਾਣੀ ਸਿਰ ਦੇ ਉੱਤੋਂ ਦੀ ਵਹਿ ਗਿਆ ਤੇ ਉਸ ਤੋਂ ਬਾਅਦ ਇਹ ਕੀਤਾ ਗਿਆ ਬੀਬੀ ਜੀ ਕੀ ਕਹਿੰਦੇ ਕੀ ਨਹੀਂ ਕਹਿੰਦੇ ਹੁਣ ਗਾ ਇੱਕ ਮਤਲਬ ਕਿੱਥੇ ਆਣ ਕੇ ਬਹਿਣਗੇ ਕਿ ਜਿਨ੍ਹਾਂ ਨਾਲ ਨਵੀਆਂ ਸਾਂਝਾਂ ਪਈਆਂ ਉਹਨਾਂ ਨਾਲ ਬਹਿਣਗੇ ਇਹ ਤਾਂ ਪਤਾ ਹੀ ਉਹ ਕਹਿੰਦੇ ਕਿ ਇਹ ਜਿਹੜਾ ਫੈਸਲਾ ਲੈ ਰਹੇ ਨੇ ਇਹਨਾਂ ਨੂੰ ਕੌਮ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਇਖਤਿਆਰ ਇਨੀ ਦਿੱਤਾ ਕਿ ਇਸ ਤਰ੍ਹਾਂ ਦਾ ਫੈਸਲਾ ਲੈਣ ਕਿਆਂ ਇਹ ਤਾਂ ਨਕਾਰੇ ਹੋਏ ਨੇ ਤੇ ਨਕਾਰੇ ਹੋਏ ਕਿਸ ਤਰ੍ਹਾਂ ਕੋਈ ਫੈਸਲਾ ਲੈ ਸਕਦੇ ਚਲ ਬੀਬੀ ਜੀ ਅਹੀਂ ਜੋ ਵੀ ਹੈ ਠੀਕ ਹੈ ਤੂੰ ਸਾਡਾ ਸਾਡੀ ਗੱਲ ਛੱਡ ਗੱਲ ਦੇ ਆ ਵੀ ਸੱਚੋ ਸੱਚ ਦੱਸ ਕਿ ਜੋ ਤੂੰ ਕਰ ਰਹੀ ਹੈ ਜਾਂ ਜੋ ਤੂੰ ਕੀਤਾ ਆ ਜਿਹੜਾ ਕਦਮ ਚੁੱਕਿਆ ਆ ਇਹ ਪਾਰਟੀ ਦੇ ਨਿਯਮਾਂ ਦੇ ਅਨਸਾਰ ਹੈਗਾ ਇਹ ਪਾਰਟੀ ਦੀ ਮਰਯਾਦਾ ਅਨੁਸਾਰ ਸਹੀ ਹੈ ਕਦੀ ਇਹ ਜੀ ਹ ਹੋ ਸਕਦਾ ਕਿ ਕੋਈ ਕਹਵੇ ਕਿ ਮੈਂ ਇਲੈਕਸ਼ਨ ਲੜਨੀ ਹੈ ਜੀ ਮੇਰਾ ਸੇਵਾ ਕਰਨ ਨੂੰ ਜੀ ਕਰਦਾ ਹੈ ਸੇਵਾ ਕਰਨ ਨੂੰ ਤੇ 150 ਮੈਂਬਰਾਂ ਗਿਆਂ ਤੱਕ ਮੈਨੂੰ ਪ੍ਰਧਾਨ ਬਣਾ ਦਿਓ ਕੋਈ ਕਹਿੰਦਾ ਮੈਨੂੰ ਬਣਾ ਦਿਓ 150 ਤੇ 150 ਤਿਆਰ ਸਾਰੇ ਸੇਵਾ ਕਰਨ ਲਈ ਤਿਆਰ ਆ ਫਿਰ 150 ਨੂੰ 150 ਨੂੰ ਛੱਡ ਦਈਏ ਖੁੱਲਾ ਛੱਡ ਦਿਓ ਜੀ ਮੈਦਾਨ ਹਾਂ ਜੀ ਜਿਹੜਾ ਮਰਜ਼ੀ ਉਥੇ ਇੱਕ ਦੂਜੇ ਦਾ ਸਿਰ ਪਾੜੀ ਜਾਵੇ ਕੋਈ ਕਿਸੇ ਨੂੰ ਦਬਾਅ ਬਣਾਈ ਜੇ ਖੇਡ ਬਣਾ ਦਈਏ ਜੰਗੇ ਮੈਦਾਨ ਬਣਾ ਦਈਏ ਕਦੀ ਇਸ ਤਰ੍ਹਾਂ ਹੁੰਦਾ ਪਾਰਟੀਆਂ ਦਾ ਪਾਰਟੀਆਂ ਦਾ ਜਾਬਤਾ ਹੁੰਦਾ ਆ ਪਾਰਟੀ ਦੇ ਜਾਬਤੇ ਦਿੱਤਾ ਹੈ ਤੇ ਜਿਹੜੀਆਂ ਪਾਰਟੀਆਂ ਚੱਲਦੀਆਂ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨਾਲ ਸਲਾਹ ਕਰਕੇ ਪਾਰਟੀ ਨੇ ਆਪਣੇ ਤੌਰ ਤੇ ਸਲਾਹ ਕਰਕੇ ਕਿ ਸਿੱਟਾ ਕੱਢ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਲਾਣਿਆ ਜਦੋਂ ਲਾਣ ਦਿੱਤਾ ਆ ਉਸ ਤੋਂ ਬਾਅਦ ਬੀਬੀ ਜੀ ਸਵੀਕਾਰ ਕਰ ਲਿਆ ਉਸ ਤੋਂ ਬਾਅਦ ਵੀ ਤੁਸੀਂ ਨਹੀਂ ਹਟਦੇ ਤੇ ਫਿਰ ਉੱਥੇ ਕੀ ਕਰਾਂਗੇ ਜੀ ਫਿਰ ਤੇ ਜਿਹੜੀ ਤੁਹਾਡੇ ਵਿਰੁੱਧ ਨਿਸ਼ਾਸਨਿਕ ਕਾਰਵਾਈ ਬਣਦੀ ਹੈ ਉਹ ਤੇ ਕਰਾਂਗੇ ਕਰਾਂਗੇ ਨਾ ਔਰ ਸਾਨੂੰ ਜਿਹੜੀ ਨਿਸ਼ਾਸਨਿਕ ਦੀ ਜਿਹੜੀ ਕਾਰਵਾਈ ਕਰਨ ਦੇ ਅਧਿਕਾਰ ਜਿਹੜੇ ਆ ਉਹ ਪਾਰਟੀ ਨੇ ਦਿੱਤੇ ਆ ਪਾਰਟੀ ਮੌਜੂਦ ਹੈ ਵਰਕਿੰਗ ਕਮੇਟੀ ਮੌਜੂਦ ਹੈ ਜਿਹੜੀ ਹਾਈ ਪਾਵਰ ਕਮੇਟੀ ਹੈ ਉਸ ਵਰਕਿੰਗ ਕਮੇਟੀ ਵੱਲੋਂ ਦਿੱਤੇ ਹੋਏ ਅਧਿਕਾਰਾਂ ਦੇ ਤਹਿਤ ਪਾਰਟੀ ਪ੍ਰਧਾਨ ਨੇ ਸੱਜ ਵੀਰ ਸਿੰਘ ਬਾਦਲ ਨੇ ਪਾਰਟੀ ਦਾ ਢਾਂਚਾ ਭੰਗ ਕੀਤਾ ਔਰ ਜਿਹੜੇ ਉਹਨਾਂ ਨੂੰ ਵਰਕਿੰਗ ਕਮੇਟੀ ਨੇ ਅਧਿਕਾਰ ਦਿੱਤੇ ਸੀ ਨਵਾਂ ਢਾਂਚਾ ਬਣਾਉਣ ਦੇ ਉਹਦੇ ਤਹਿਤ ਹੀ ਸਭ ਤੋਂ ਪਹਿਲਾਂ ਜਿਹੜੀ ਅਨੁਸ਼ਾਸਨੀ ਕਮੇਟੀ ਜਿਹੜੀ ਹੈ ਬਣਾਈ ਗਈ ਇਹ ਜਿਹੜੇ ਪੰਜ ਮੈਂਬਰ ਨੇ ਅਚਾਰ ਮੈਂਬਰ ਨੇ ਤੇ ਇੱਕ ਚੇਅਰਮੈਨ ਨੇ ਇਹ ਉਸ ਦਿੱਤੇ ਹੋਏ ਅਧਿਕਾਰਾਂ ਦੇ ਤਹਿਤ ਹੀ ਸੱਸਬੀਰ ਸਿੰਘ ਬਾਦਲ ਵੱਲੋਂ ਬਣਾਏ ਗਏ ਤੇ ਬਾਕੀ ਬੀਬੀ ਜੀ ਜੋ ਕਹਿੰਦੇ ਜੀ ਉਹਨਾਂ ਦੀ ਮਰਜ਼ੀ ਹੁਣ ਕੁਛ ਨਹੀਂ ਕਰਦਾ ਸੋ ਸਭ ਉਹ ਤੇ ਆ ਤੱਕ ਕਹਿ ਗਏ ਪਾਰਟੀ ਕਿਸੇ ਦੇ ਪਿਓ ਦੀ ਨਹੀਂ ਹੈ ਨਹੀਂ ਹੁੰਦੀ ਨਹੀਂ ਪਿਓ ਦੀ ਕਹਿੰਦੇ ਕਹਿੰਦੇ ਪਿਓ ਦੀ ਥੋੜੀ ਹੈ ਇੱਥੇ ਤਾਂ بڑے ਪ੍ਰਧਾਨ ਆਇਆ ਜਾ ਕੇ ਫੋਟੋਆਂ ਤਾਂ ਦੇਖੋ ਬੜੀਆਂ ਬੜੀਆਂ ਮਹਾਨ ਹਸਤੀਆਂ ਜਿਹੜੀਆਂ ਨੇ ਪਾਰਟੀ ਦੇ ਪ੍ਰਧਾਨ ਰਹੇ ਆ ਹਾਂਜੀ ਔਰ ਪਾਰਟੀ ਦੇ ਵਿੱਚ ਪਤਾ ਨਹੀਂ ਵੱਡੇ ਵੱਡੇ ਲੀਡਰ ਜਿਹੜੇ ਆ ਪੈਦਾ ਹੋਏ ਨੇ ਭਾਵੇਂ ਪਾਰਟੀ ਪ੍ਰਧਾਨ ਜਿਹੜਾ ਬਣ ਗਿਆ ਤੇ ਭਾਵੇਂ ਉਹਦੇ ਤੋਂ ਵੱਧ ਵੀ ਕੋਈ ਸ਼ਕਤੀਸ਼ਾਲੀ ਸੀ ਪਰ ਉਹਨੇ ਹਮੇਸ਼ਾ ਪਾਰਟੀ ਪ੍ਰਧਾਨ ਦੇ ਫੈਸਲਿਆਂ ਨੂੰ ਸਵੀਕਾਰ ਕੀਤਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇਣਾ 1982 ਜਿਹੜਾ ਜਦੋਂ ਮੋਰਚਾ ਚੱਲਦਾ ਸੀਗਾ 26 ਜਨਵਰੀ 1984 ਆ ਗਈ 26 ਜਨਵਰੀ 1984 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋਗਰਾਮ ਦੇਣਾ ਸੀਗਾ ਕਿ ਸਰਕਾਰ ਦੇ ਵਿਰੁੱਧ ਜਿੱਥੇ ਧਰਮ ਜਦੋਂ ਮੋਰਚਾ ਚੱਲਦਾ ਉਹਦੇ ਨਾਲ ਕੋਈ ਵੱਖਰਾ ਇੱਕ ਪ੍ਰੋਗਰਾਮ ਵੀ ਦਿੱਤਾ ਜਾਵੇ ਇਹਦੇ ਨਾਲ ਜਿਹੜਾ ਆ ਕੇਂਦਰ ਸਰਕਾਰ ਜਿਹੜੀ ਆ ਅ ਸੁਚੇਤ ਕਰੀਏ ਜਾਂ ਕਿਸੇ ਤਰ੍ਹਾਂ ਉਹਦੇ ਤੱਕ ਮੈਸੇਜ ਭੇਜੀਏ ਕਿਉਂਕਿ 26 ਜਨਵਰੀ ਨੂੰ ਜਿਹੜਾ ਆ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਠੀਕ ਹੈ ਔਰ ਸਾਰੀ ਰਾਤ ਅਸੀਂ ਭਾਵੇਂ ਉਸ ਸਮੇਂ ਫੈਡਰੇਸ਼ਨ ਸੀਗੇ ਅ ਧਰਮ ਜਦ ਮੋਰਚਾ ਇਕੱਠਾ ਸੀਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਾਰਿਆਂ ਦਾ ਸਾਂਝੇ ਰੂਪ ਚ ਚੱਲਦਾ ਸੀਗਾ ਸਾਰੀ ਰਾਤ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਚੱਲੀ ਮੀਟਿੰਗ ਦੇ ਵਿੱਚ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ਵਿੱਚ ਸਬ ਪ੍ਰਕਾਸ਼ ਸਿੰਘ ਬਾਦਲ ਵੀ ਹਾਜ਼ਰ ਸੀ ਟੌੜਾ ਸਾਹਿਬ ਬਰਨਾਲਾ ਸਾਹਿਬ ਜਿੰਨੀ ਲੀਡਰਸ਼ਿਪ ਲੰਗਵਾਲ ਸਾਹਿਬ ਸਾਰੇ ਹਾਜ਼ਰ ਸੀ ਉੱਥੇ ਕਿਹਾ ਕਿ ਕੀ ਕਰਨਾ ਹੈ 26 ਜਨਵਰੀ ਨੂੰ ਉੱਥੇ ਵਿਚਾਰ ਇਹ ਉੱਭਰ ਕੇ ਸਾਹਮਣੇ ਆਇਆ ਕਿ 26 ਜਨਵਰੀ ਨੂੰ ਸੰਵਧਾਨ ਲਾਗੂ ਹੋਇਆ ਸੀ ਸਾਨੂੰ ਜਿਹੜਾ ਸੰਵਧਾਨ ਸਾੜ ਕੇ ਵਿਰੋਧ ਕਰਨਾ ਚਾਹੀਦਾ ਹੈ ਚਲੋ ਵਿਚਾਰ ਆ ਗਿਆ ਉੱਥੇ ਡਿਸਕਸ਼ਨ ਸ਼ੁਰੂ ਹੋ ਗਈ ਕੋਈ ਉਹਦੇ ਹੱਕ 'ਚ ਬੋਲਿਆ ਹਾਂਜੀ ਜਾਦਾ ਉਹਦੇ ਹੱਕ 'ਚ ਬੋਲੇ ਕਿ ਸੰਵਧਾਨ ਸਾੜਨਾ ਚਾਹੀਦਾ ਆ ਵਿੱਚੋਂ ਵਿੱਚੋਂ ਕੁਝ ਜਿਹੜੇ ਆ ਰੋਚੀ ਬੋਲੇ ਕਿ ਆਪਾਂ ਨੂੰ ਇਹ ਕਦਮ ਨਹੀਂ ਚੁਕਣਾ ਚਾਹੀਦਾ ਔਰ ਸਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਨੇ ਜਿਹੜਾ ਜਿਹੜਾ ਇਤਰਾਜ਼ ਇਸ ਗੱਲ ਦਾ ਜ਼ਾਹਰ ਕੀਤਾ ਕਿ ਆਪਾਂ ਨੂੰ ਇਹ ਜਿਹੇ ਹ ਕਦਮ ਨਹੀਂ ਚੁਕਣਾ ਚਾਹੀਦਾ ਕਿਉਂਕਿ ਆਪਾਂ ਦੇਸ਼ ਦੇ ਵਿੱਚ ਰਹਿੰਦੇ ਆ ਸੰਵਿਧਾਨ ਦੇ ਤਹਿਤ ਰਹਿੰਦੇ ਆ ਸੰਵਿਧਾਨ ਦੇ ਤਹਿਤ ਆਪਾਂ ਲੈਕਚਰਾਂ ਲੜਦੇ ਆ ਸੰਵਿਧਾਨ ਦੇ ਤਹਿਤ ਹੀ ਆਪਾਂ ਕੰਮ ਕਰਦੇ ਆ ਇਹ ਏਡਾ ਵੱਡਾ ਕਦਮ ਨਾ ਚੁੱਕੀਏ ਭਾਵੇਂ ਕਦਮ ਇਸ ਤੋਂ ਵੀ ਵੱਡਾ ਚੁੱਕ ਲਈਏ ਪਰ ਇਹ ਕਦਮ ਨਹੀਂ ਚੁਕਣਾ ਚਾਹੀਦਾ ਪਰ ਉੱਥੇ ਖੀਰ ਡਿਸਕਸ਼ਨ ਤੋਂ ਬਾਅਦ ਫੈਸਲਾ ਇਹ ਹੋਗਾ ਕਿ ਨਹੀਂ ਸੰਵਿਧਾਨ ਹੀ ਸਾੜਨਾ ਹੈ ਸਰਪ੍ਰਕਾਸ਼ ਸਿੰਘ ਬਾਦਲ ਦੀ ਡਿਊਟੀ ਲੱਗੀ ਉਹਨਾਂ ਨੇ ਸਵੀਕਾਰ ਕੀਤਾ ਫੈਸਲੇ ਨੂੰ ਉਹਨਾਂ ਦੀ ਡਿਊਟੀ ਲੱਗੀ ਕਿ ਤੁਸੀਂ 26 ਜਨਵਰੀ 1984 ਨੂੰ ਜਿਹੜਾ ਆ ਪਾਰਲੀਮੈਂਟ ਹਾਊਸ ਦੇ ਸਾਹਮਣੇ ਜਾ ਕੇ ਸੰਵਿਧਾਨ ਸਾੜਨਾ ਹੈ ਤੇ ਜਿਹੜੇ ਬਾਕੀ ਸੀ ਨਾ ਜਿਹੜੇ ਮੀਟਿੰਗ ਦੇ ਵਿੱਚ ਵਾਰ-ਵਾਰ ਕਹਿੰਦੇ ਸੀ ਨਹੀਂ ਸੰਵਿਧਾਨ ਹੀ ਸਾੜਨਾ ਹੈ ਆ ਕਰਨਾ ਹੈ ਉਹ ਕਰਨਾ ਹੈ ਉਹਨਾਂ ਚੋਂ ਕੋਈ ਕਿਸੇ ਥਾਂ ਦੇ ਨਹੀਂ ਪਹੁੰਚਿਆ ਕੋਈ ਕਿਤੇ ਫੜਿਆ ਗਿਆ ਤੇ ਕੋਈ ਘਰੋਂ ਫੜਿਆ ਗਿਆ ਕੇਵਲ ਤੇ ਕੇਵਲ ਸਰਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈ ਭੇਸ ਬਟਾ ਕੇ ਦਿੱਲੀ ਪਹੁੰਚੇ ਪਾਰਲੀਮੈਂਟ ਦੇ ਸਾਹਮਣੇ ਸੰਵਿਧਾਨ ਸਾੜਿਆ ਦਿਲੰਬਾ ਸਮਝ diel ਕਟ ਗਿਆ ਹੈ ਇਸ ਕਰਕੇ ਜਿਹੜਾ ਜਦੋਂ ਪਾਰਟੀ ਦੇ ਵਿੱਚ ਤੁਸੀਂ ਆਪਦਾ ਵਿਚਾਰ ਰੱਖ ਸਕਦੇ ਜੀ ਪਾਰਟੀ ਦੇ ਵਿਚਾਰਾਂ ਨਾਲ ਨਹੀਂ ਵੀ ਸਹਿਮਤ ਤੁਹਾਨੂੰ ਦਾਵਾ ਕਰਨ ਦਾ ਤੁਹਾਨੂੰ ਆਪਦਾ ਪੱਖ ਰੱਖਣ ਦਾ ਅਧਿਕਾਰ ਹੈ ਪਰ ਪਾਰਟੀ ਜੋ ਫੈਸਲਾ ਕਰ ਲਵੇ ਉਹ ਸੁਪਰੀਮ ਹੈ ਫਿਰ ਉਹ ਤੇ ਪੈਰਾ ਦੇਣਾ ਚਾਹੀਦਾ ਪਰ ਬੀਬੀ ਜੀ ਤੇ ਨਾ ਪਾਰਟੀ ਦੇ ਹੁਕਮ ਨੂੰ ਮੰਨਦੇ ਹੈ ਨਾ ਪਾਰਟੀ ਦੀ ਬੇਨਤੀ ਜਿਹੜੇ ਹੁਕਮ ਤੇ ਕਿਧਰੇ ਰਹਿ ਗਿਆ ਪਾਰਟੀ ਦੀ ਬੇਨਤੀ ਨੂੰ ਨਹੀਂ ਮੰਨਦੇ ਤੇ ਫਿਰ ਉਸੇ ਦੱਸੋ ਕੀ ਕਰਾਂਗੇ ਇੱਕ ਆਖਰੀ ਸਵਾਲ ਬੀਬੀ ਜਗੀਰਪੁਰ ਕਹ ਰਹੇ ਨੇ ਕਿ ਅੱਜ ਮੈਨੂੰ ਪੰਥ ਦੀ ਰਾਖੀ ਦੀ ਕੌਮ ਦੀ ਰਾਖੀ ਦੀ ਨਸੀਹਤ ਦੇਣ ਵਾਲੇ ਆਪਣੀ ਫਿਕਰ ਕਰਨ ਕਹਿੰਦੇ ਮੈਂ ਪੰਥ ਦੇ ਨਾਲ ਖੜੀ ਆ ਮੈਂ ਕੌਮ ਦੇ ਨਾਲ ਖੜੀ ਉਹ ਕਿਹੜੀ ਕੌਮ ਆ ਕੌਮ ਤੂੰ ਦੱਸ ਦੇ ਨਾ ਪੰਥ ਤੇ ਹਰ ਕੋਈ ਕਹਿੰਦਾ ਕਿ ਮੈਂ ਪੰਥ ਆ ਹਾਂਜੀ ਕਿ ਮੈਂ ਗੱਲਾਂ ਕਰੀ ਜਾਣੀਆਂ ਜੀ ਮੈਂ ਪੰਥ ਦੇ ਨਾਲ ਜਾਂ ਮਕੌਮ ਦੇ ਨਾਲ ਆ ਇਹ ਤਾਂ ਹਰ ਕੋਈ ਕਹਿ ਦਿੰਦਾ ਹੈ ਪਰ ਗਲਤ ਸਭ ਤੋਂ ਵੱਡੀ ਗੱਲ ਹੈ ਕਿ ਠੀਕ ਹੈ ਕਿ ਤੁਸੀਂ ਕੀ ਜੇ ਕੀ ਨਹੀਂ ਮੈਂ ਉਸ ਗੱਲ ਤੇ ਸਵਾਲ ਨਹੀਂ ਠਾਉਂਦਾ ਪਰ ਪਾਰਟੀ ਤੇ ਕੋਈ ਹੈਗੀ ਹੈ ਕਿ ਨਹੀਂ ਪਾਰਟੀ ਦੀ ਮਰਜ਼ਾਦਾ ਹੈਗੀ ਕਿ ਨਹੀਂ ਪਾਰਟੀ ਦੇ ਨਿਯਮ ਹੈਗੇ ਆ ਨਾ ਪਾਰਟੀ ਦੀ ਕੋਈ ਹੱਦ ਹੈਗੀ ਆ ਨਾ ਜਿਹਦੇ ਅੰਦਰ ਰਹਿ ਕੇ ਤੁਸੀਂ ਕੰਮ ਕਰਨਾ ਹੈ ਤੇ ਤੁਸੀਂ ਇਹ ਤਾਂ ਸਵੀਕਾਰ ਕਰਦੇ ਜੀ ਨਾ ਕਿਵੇਂ ਹੱਦਾਂ ਬੰਨੇ ਟੱਪ ਗਈਆਂ ਹਾਂਜੀ ਪਾਰਟੀ ਦੇ ਜਾਬਤੇ ਜੂਤੇ ਨੂੰ ਤਾਂ ਝੀਆਂ ਡਾਤੀਆਂ ਮੈਂ ਤੇ ਜਦੋਂ ਤੁਸੀਂ ਝੀਆਂ ਡਾਓਗੇ ਜਾਬਤੇ ਦੀ ਉਲੰਘਣਾ ਕਰੋਗੇ ਤੇ ਉਹ 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 ਤਾਂ ਤੁਹਾਡੇ ਵਿਰੁੱਧ ਕਾਰਵਾਈ ਸਹੀ ਹੋ ਰਹੀ ਹੈ ਨਾ ਉਹਨੂੰ ਤਾਂ ਨਹੀਂ ਤੁਸੀਂ ਇਹ ਇਹ ਕਹਿ ਸਕਦੇ ਆ ਕਿ ਉਹ ਤਾਂ ਸਵਾਲ ਤੇ ਨਹੀਂ ਉਠਾ ਸਕਦੇ ਜੀ ਬਿਲਕੁਲ ਦੇਖੋ ਆ ਵਿਸਾ ਸਿੰਘ ਬਲਟੋਹਾ ਨੇ ਜਿਹੜੇ ਸਵਸ ਲਫਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜੇਕਰ ਤੁਸੀਂ ਪਾਰਟੀ ਦਾ ਅਨੁਸ਼ਾਸਨ ਭੰਗ ਕਰ ਰਹੇ ਹੋ ਤਾਂ ਫਿਰ ਤੁਹਾਡੇ ਖਿਲਾਫ ਵੀ ਕਾਰਵਾਈ ਸਹੀ ਹੁੰਦੀ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ